ਸਾਡੀ ਪੰਜਾਬੀ ਇੰਡਸਟਰੀ ਵਿੱਚ ਅੱਜ ਕੱਲ ਅਜੀਹਾ ਸਿੰਗਰ ਮੌਜੂਦ ਹੈ ਜਿਸ ਦੇ ਗਾਣੇ ਸਾਨੂੰ ਫਿਲਮਾਂ ਵਿੱਚ ਵੀ ਸੁਣਨ ਨੂੰ ਮਿਲਦੇ ਨੇ, ਸਿੰਗਲ ਟਰੈਕਸ ਵੀ ਸੁਣਨ ਨੂੰ ਮਿਲਦੇ ਨੇ ਤੇ ਉਹ ਤੇ ਹੀ ਵੈਬ ਸੀਰੀਜ਼ ਦੇ ਵਿੱਚ ਵੀ ਸਾਨੂੰ ਉਹਨਾਂ ਦੇ ਗਾਣੇ ਸੁਣਨ ਨੂੰ ਮਿਲਦੇ ਨੇ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਹਿੰਮਤ ਸੰਧੂ ਦੀ। ਹਿੰਮਤ ਸੰਧੂ ਨੇ ਹੁਣ ਤੱਕ ਸਾਡੀ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਸੁਪਰਹਿੱਟ ਗਾਣਿਆਂ ਨਾਲ ਇੰਟਰਟੇਨ ਵੀ ਕੀਤਾ ਹੈ ਅਤੇ ਉੱਥੇ ਹੀ ਸਾਨੂੰ ਵੀ ਖੁਸ਼ ਕੀਤਾ ਆਪਣੇ ਸੋਹਣੇ ਸੋਹਣੇ ਗੀਤਾਂ ਦੇ ਨਾਲ। ਰੀਸੈਂਟਲੀ ਅਸੀਂ ਸਾਰਿਆਂ ਨੇ ਜ਼ੋਰਾ ਦਾ ਸੈਕਿੰਡ ਚੈਪਟਰ ਮੂਵੀ ਵਿੱਚ ਉਹਨਾਂ ਦਾ ਗਾਣਾ ਇੰਜੋਏ ਕੀਤਾ, ਰਾਜਧਾਨੀ। ਜੀ ਹਾਂ, ਰਾਜਧਾਨੀ ਗਾਣੇ ਨੂੰ ਇੰਜੋਏ ਕਰਨ ਤੋਂ ਬਾਅਦ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਖੁਸ਼ਖਬਰੀ ਦੇ ਦੇਵਾਂ ਕਿ ਹਿੰਮਤ ਸੰਧੂ ਤਿਆਰ ਨੇ ਆਪਣੇ ਅਪਕਮਿੰਗ ਗਾਣੇ ਦੇ ਨਾਲ ਨਹੀਂ ਬਲਕਿ ਗਾਣਿਆਂ ਦੇ ਨਾਲ। ਜੀ ਹਾਂ, ਹਿੰਮਤ ਸੰਧੂ ਲੈ ਕੇ ਆ ਰਹੇ ਨੇ ਸਾਡੇ ਲਈ ਇੱਕ ਐਲਬਮ। ਜਿਸ ਗੱਲ ਦੀ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕੀਤੀ ਗਈ ਹਿੰਮਤ ਸੰਧੂ ਵੱਲੋਂ ਇੱਕ ਪੋਸਟ ਦੇ ਰਾਹੀਂ ਵੀ ਅਤੇ ਆਪਣੀਆਂ ਸਟੋਰੀਜ਼ ਦੇ ਰਾਹੀਂ ਵੀ। ਆਓ ਪਹਿਲਾਂ ਤੁਸੀਂ ਚੈੱਕ ਕਰ ਲਓ ਉਹਨਾਂ ਦੀਆਂ ਇੰਸਟਾਗ੍ਰਾਮ ਸਟੋਰੀਜ਼ ਨੂੰ ਅਤੇ ਫਿਰ ਉਹਨਾਂ ਦੀ ਇੰਸਟਾਗ੍ਰਾਮ ਪੋਸਟ ਨੂੰ। ਲਿਖਿਆ ਗਿਆ ਐਲਬਮ ਨਾਮ ਰੱਖਣਾ ਹਜੇ ਹੋਪਫੁਲੀ ਮੰਡੇ ਨੂੰ ਕਰਦੇ ਹਾਂ ਸ਼ੇਅਰ ਡਿਟੇਲ ਨਾਲ ਫਸਟ ਲੁੱਕ ਬਾਬਾ ਰੱਖੇ ਸੁੱਖ ਗੱਲਬਾਤ ਸਿਰੇ ਲਾਉਣੀ ਇਹਨਾਂ ਸਟੋਰੀਜ਼ ਦੇ ਰਾਹੀਂ ਤੁਹਾਨੂੰ ਇੱਕ ਗੱਲ ਤੇ ਪਤਾ ਲੱਗ ਗਈ ਹੋਵੇਗੀ ਕਿ ਇਸ ਐਲਬਮ ਨੂੰ ਮਿ
ਜਦੋਂ ਵੀ ਉਹ ਸਾਨੂੰ ਆਪਣੀ ਇਸ ਐਲਬਮ ਬਾਰੇ ਕੁਝ ਵੀ ਦੱਸਦੇ ਨੇ, ਅਸੀਂ ਤੁਹਾਡੇ ਤੱਕ ਉਹ ਇਨਫੋਰਮੇਸ਼ਨ ਜ਼ਰੂਰ ਪਹੁੰਚਾਵਾਂਗੇ। ਹੁਣ ਜੇ ਆਪਾਂ ਗੱਲ ਕਰੀਏ ਹਿੰਮਤ ਸੰਧੂ ਦੀ, ਤੁਹਾਨੂੰ ਮੈਂ ਦੱਸ ਦਵਾਂ ਕਿ ਰੀਸੈਂਟਲੀ ਅਸੀਂ ਸਾਰਿਆਂ ਨੇ ਉਹਨਾਂ ਦਾ ਸਿੰਗਲ ਟਰੈਕ ਵੈਰ ਨੂੰ ਖੂਬ ਇੰਜੋਏ ਕੀਤਾ। ਵੈਰ ਗਾਣਾ ਕਾਫੀ ਜ਼ਿਆਦਾ ਸੁਪਰ ਹਿੱਟ ਵੀ ਰਿਹਾ ਅਤੇ ਸਾਰਿਆਂ ਵੱਲੋਂ ਖੂਬ ਪਸੰਦ ਵੀ ਕੀਤਾ ਗਿਆ। ਜਿੱਥੇ ਅਸੀਂ ਸਾਰਿਆਂ ਨੇ ਵੈਰ ਗਾਣੇ ਨੂੰ ਇੰਜੋਏ ਕੀਤਾ, ਉੱਥੇ ਮੈਂ ਤੁਹਾਨੂੰ ਦੱਸ ਦਵਾਂ ਕਿ ਅਸੀਂ ਹੁਣ ਤੱਕ ਹਿੰਮਤ ਸੰਧੂ ਦੇ ਕਈ ਸੁਪਰ ਹਿੱਟ ਗਾਣਿਆਂ ਨੂੰ ਇੰਜੋਏ ਕਰ ਚੁੱਕੇ ਹਾਂ। ਉਹਨਾਂ ਦੇ ਸੌਂਗ ਜਿਵੇਂ ਪਹਿਲਾ ਵੈਲੈਂਟਾਈਨ, ਬਾਜ਼ੀ ਦਿਲ ਦੀ, ਪ੍ਰਾਊਡ ਅਤੇ ਕਈ ਹੋਰ। ਸੋ ਜਿੱਥੇ ਅਸੀਂ ਹਿੰਮਤ ਸੰਧੂ ਦੇ ਇੰਨੇ ਸਾਰੇ ਗਾਣੇ ਫਿਲਮਾਂ ਵਿੱਚ ਸਿੰਗਲ ਟਰੈਕਸ ਅਤੇ ਵੈਬ ਸੀਰੀਜ਼ ਵਿੱਚ ਇੰਜੋਏ ਕੀਤੇ ਨੇ, ਆਈ ਐਮ ਸ਼ੋਰ ਕਿ ਜਲਦੀ ਅਸੀਂ ਉਹਨਾਂ ਦੀ ਇਸ ਐਲਬਮ ਨੂੰ ਵੀ ਖੂਬ ਪਿਆਰ ਦੇਵਾਂਗੇ। ਬਾਕੀ ਤੁਸੀਂ ਕਿੰਨੇ ਕੁ ਐਕਸਾਈਟਡ ਹੋ ਇਸ ਐਲਬਮ ਲਈ, ਮੈਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ। ਬਾਲੀਵੁੱਡ ਅਤੇ ਬਾਲੀਵੁੱਡ ਨਾਲ ਜੁੜੀਆਂ ਨਵੀਆਂ ਅਤੇ ਇੰਟਰਸਟਿੰਗ ਅਪਡੇਟਸ ਜਾਣਨ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ gabru.com। ਪ੍ਰੈਸ ਦਾ ਬੈਲ ਆਈਕਨ ਟੂ ਨੈਵਰ ਮਿਸ ਅ ਵੀਡੀਓ ਫਰੋਮ ਗਬਰੂ। ਬਹੁਤ ਇੰਪੋਰਟੈਂਟ ਸੂਚਨਾ ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ, ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗਬਰੂ ਲਾਈਵ ਟੀਵੀ ਦੇਖਣ ਵਾਸਤੇ, ਇਹ ਹੈ ਗਬਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗਬਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।